ਦਰਿਆ 'ਚ ਪੂਜਾ ਦਾ ਸਮਾਨ ਪਾਉਣ ਗਏ ਪਿਓ ਪੁੱਤ ਦੀ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਦੁਪਹਿਰ ਦੇ ਸਮੇਂ ਚੱਕੀ ਦਰਿਆ 'ਚ ਦੋਵੇਂ ਪਿਓ ਪੁੱਤ ਪੂਜਾ ਦਾ ਸਮਾਨ ਪਾਉਣ ਗਏ ਸੀ ਅਤੇ ਦੇਰ ਸ਼ਾਮ ਤੱਕ ਜਦ ਉਹ ਘਰ ਨਹੀਂ ਆਏ ਤਾਂ ਪਰਿਵਾਰ ਵਾਲਿਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਦੇ ਜੀ ਦਰਿਆ ਦੇ ਨੇੜੇ ਉਹਨਾਂ ਦੀ ਭਾਲ ਕਰਨ ਲਈ ਗਏ ਅਤੇ ਉਹਨਾਂ ਨੇ ਉੱਥੇ ਦੇਖਿਆ ਕਿ ਜਿਸ ਸਕੂਟੀ 'ਤੇ ਸਵਾਰ ਹੋ ਕੇ ਦੋਵੇਂ ਪਿਓ ਪੁੱਤ ਆਏ ਸੀ ਉਹ ਦਰਿਆ ਦੇ ਕੰਢੇ 'ਤੇ ਹੀ ਲੱਗੀ ਹੋਈ ਸੀ। ਦੋਹਾਂ ਦੀ ਭਾਲ ਦੇ ਲਈ ਪੁਲਿਸ ਅਤੇ NDRF ਦੀ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਵੀ ਚਲਾਇਆ ਗਿਆ ਸੀ, ਪਰ ਉੱਥੇ ਹੀ ਸਥਾਨਕ ਲੋਕਾਂ ਦੇ ਮੁਤਾਬਿਕ ਦੋਵੇਂ ਪਿਓ ਪੁੱਤਰ ਦਾ ਪੈਰ ਫਿਸਲ ਗਿਆ, ਜਿਸ ਤੋਂ ਬਾਅਦ ਉਹ ਸਿੱਧਾ ਦਰਿਆ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਪੁਲਿਸ ਅਤੇ NDRF ਦੀ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ ਜੋ ਕਿ ਕਈ ਘੰਟਿਆਂ ਤੱਕ ਚੱਲਦਾ ਰਿਹਾ ਅਤੇ ਉਸ ਰੈਸਕਿਊ ਆਪਰੇਸ਼ਨ ਦੇ ਵਿਚਾਲੇ NDRF ਨੂੰ ਦਰਿਆ 'ਚੋਂ ਪਿਓ ਦੀ ਲਾਸ਼ ਤਾਂ ਮਿਲ ਗਈ, ਪਰ ਲੜਕੇ ਦੀ ਜੋ ਲਾਸ਼ ਸੀ ਉਸਦੀ ਅਜੇ ਭਾਲ ਕੀਤੀ ਜਾ ਰਹੀ ਸੀ। ਪਰ ਲਗਭਗ 2 ਦਿਨ ਤੱਕ ਚੱਲੇ ਇਸ ਰੈਸਕਿਊ ਆਪਰੇਸ਼ਨ ਦੇ ਵਿਚਾਲੇ ਹੁਣ NDRF ਦੀ ਟੀਮਾਂ ਨੂੰ ਦਰਿਆ 'ਤੇ ਬਣੇ ਪੁੱਲ ਦੇ ਠੀਕ 200 ਮੀਟਰ ਦੇ ਨੇੜੇ ਜੋ ਪੁੱਤਰ ਦੀ ਜੋ ਲਾਸ਼ ਹੈ ਉਹ ਵੀ ਬਰਾਮਦ ਹੋ ਗਈ ਹੈ। ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਦਰਿਆ 'ਚ ਪੂਜਾ ਦਾ ਸਮਾਨ ਪਾਉਣ ਗਏ ਪਿਓ ਪੁੱਤ ਦੀ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੈਰ ਫਿਸਲਣ ਦੇ ਕਾਰਨ ਇਹ ਹਾਦਸਾ ਵਾਪਰ ਗਿਆ, ਜਿਸ ਤੋਂ ਬਾਅਦ ਦੋਵੇਂ ਪਿਓ ਪੁੱਤ ਜੋ ਤੇਜ਼ ਵਹਾਅ ਦੇ ਵਿੱਚ ਵਹਿ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਨਰੇਸ਼ ਕੁਮਾਰ, ਵਾਸੀ ਬਸੰਤ ਕਲੋਨੀ, ਬਿਨੇ ਵਾ ਜਾਂਦੀ ਹੈ, ਸਾਡੇ ਪੜੋਸੀ ਨੇ ਜੀ, ਬਿਲਕੁਲ ਦੁਪਹਿਰ ਨੂੰ ਕਿਤੇ ਕੱਲ੍ਹ ਆਏ ਕੁਛ ਪੂਜਾ ਸਮੱਗਰੀ ਪਕਵਾਨ ਇੱਥੇ। ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਘਰਦਿਆਂ ਨੂੰ ਪਤਾ ਲੱਗ ਇੰਤਜ਼ਾਰ ਕੀਤੀ, ਪਰ ਜਦੋਂ ਘਰ ਵਾਪਸ ਨਹੀਂ ਪਰਤੇ ਤਾਂ ਫਿਰ ਉਹਨਾਂ ਨੇ ਪੜਤਾਲ ਚਾਲੂ ਕੀਤੀ। ਸ਼ਾਮ ਨੂੰ ਸਾਰੀ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਅਤੇ ਫਿਰ ਇਤਲਾਹ ਵੀ ਕੀਤੀ ਪੁਲਿਸ ਨੂੰ, ਸਾਰੇ ਮੁੰਨੀ ਘਰ ਕਾਰਵਾਈ ਕੀਤੀ ਜੋ ਵੀ ਹੈਗੀ ਹੈ, ਅਤੇ ਹੁਣ ਸਵੇਰੇ ਵੀ ਇੱਥੇ ਆਏ ਦਾ ਤੁਹਾਡੇ ਸਾਹਮਣੇ ਸਾਰਿਆਂ ਦੇ। ਨਹੀਂ, ਪਰੇਸ਼ਾਨੀ ਕੋਈ ਨਹੀਂ ਘਰ ਉੱਤੇ ਘਰੋਂ ਜਦੋਂ ਆਏ ਸੀ ਨਾ ਉਦੋਂ ਉਹਦੇ ਮੇਰੇ ਕੈਮਰੇ 'ਚ ਸਾਹਮਣੇ ਰਿਕਾਰਡਿੰਗ ਹੋਈ ਦੀ ਹੈ ਜੋ ਘਰ ਤੁਰੇ ਸੀ, ਬੇਟਾ ਵੀ ਨਾਲ ਹੁੰਦੇ ਆਇਆ ਹੁੰਦੇ ਦੋਨਾਂ ਦੇ, ਇਹਨੇ ਕੋਲ ਮੈਂ ਸਕੂਟੀ 'ਤੇ ਸੀ। ਹਾਂ, ਸਕੂਟੀ ਸ਼ਾਮ ਨੂੰ ਇੱਥੇ ਲੱਗੀ ਸੀ ਜਦੋਂ ਅਸੀਂ ਆਏ ਸੀ, ਸਕੂਟੀ ਇੱਥੇ ਸੀ। ਛੰਬਾ ਜਵਾਨ ਤਹਿਸੀਲਦਾਰ ਨਰੋੜ ਜੈਮਲ ਸਿੰਘ, ਰਿਸਪੈਕਟਡ ਡੀਸਾ ਪਠਾਨਕੋਟ ਜੀ ਦੇ ਦੇਸ਼ਾਂ ਮੁਤਾਬਕ ਆਪਾਂ ਇੱਥੇ ਪਹੁੰਚੇ ਸੀ। ਇੱਥੇ ਮਿਨੇ ਮਹਾਜਨ ਜੀ ਉਹਨਾਂ ਦੇ ਬੇਟੇ ਕੋਈ ਫੁੱਲ ਪ੍ਰਵਾਨ ਕਰਨ ਆਏ ਸੀ, ਜਿਹਦੇ ਸਬੰਧ 'ਚ ਮਤਲਬ ਚੱਕੀ ਦੇ ਵਿੱਚ ਹੀ ਰੁੜ ਗਏ ਸੀਗੇ। ਤੋ NDRF ਨਾਲ ਰਾਬਤਾ ਕਾਇਮ ਕਰਕੇ ਇਹਦਾ ਰੈਸਕਿਊ ਆਪਰੇਸ਼ਨ ਕੱਲ੍ਹ ਤੋਂ ਚਲਾਇਆ ਗਿਆ ਸੀਗਾ ਔਰ ਵਿਨੇ ਮਹਾਜਨ ਦੀ ਬਾਡੀ ਤਾਂ ਕੱਲ੍ਹ ਰਿਕਵਰ ਕਰ ਲਈ ਗਈ ਸੀ। ਰਾਤ ਫਿਰ ਲੇਟ ਆਵਰ ਹੋਣ ਕਰਕੇ ਅੱਜ ਸੁਬਾਹ 8:05 ਦਾ ਟਾਈਮ ਸੀ ਅਤੇ ਹਿਮਾਚਲ ਪੁਲਿਸ ਦੇ ਨਾਲ ਹਿਮਾਚਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਇੱਕ ਜੁਆਇੰਟ ਆਪਰੇਸ਼ਨ ਚੱਲ ਰਿਹਾ ਸੀਗਾ ਅਤੇ ਅੱਜ ਹੁਣ ਤੁਹਾਡੇ ਸਾਰੇ ਹੈਗੇ ਉਹਦੇ ਵਿੱਚ ਜਿਹੜੀ ਦੂਜੀ ਪਾਰਟੀ ਹੈ ਉਹ ਵੀ ਰਿਕਵਰ ਕਰ ਲਈ ਗਈ ਹੈ ਔਰ ਜਿਹੜੇ ਇਹਨਾਂ ਦੇ ਵਾਰਸ ਆਏ ਆ ਉਹਨਾਂ ਨੂੰ ਸ਼ਨਾਖਤ ਕਰਨ ਉਪਰੰਤ ਸੌਂਪ ਦਿੱਤੀ। ਡੈਡ ਬੋਡੀ ਆਪਣਾ ਹਾਡੀ ਜਿਹੜੀ GT ਰੋਡ ਦਾ ਨੈਸ਼ਨਲ ਹਾਈਵੇ ਦਾ ਪੁਲ ਆ, ਚੱਕੀ ਦਾ ਪੁਲ, ਉਹਦੇ ਤੋਂ ਕੋਈ 200 ਮੀਟਰ ਅੱਗੇ ਜਾ ਕੇ ਰਿਕਵਰ ਕੀਤੀ। ਹਾਦਸਾ ਬਹੁਤ ਦੁਖਦਾਈ ਹੈ। ਜਾਣਕਾਰੀ ਤੋਂ ਪਤਾ ਲੱਗਾ ਵੀ ਇਹ ਦੋਨੋਂ ਪਿਓ ਪੁੱਤ ਸੀਗੇ ਪਰਿਵਾਰ ਦੇ ਵਿੱਚ ਦੁਕਾਨਦਾਰੀ ਕਰਦੇ ਸੀਗੇ ਅਤੇ ਇਹਨਾਂ ਤੋਂ ਪਿੱਛੇ ਮਤਲਬ ਇਹ ਜਿਹੜਾ ਮੁੰਡੇ ਦੀ ਬਾਡੀ ਬਰਾਮਦ ਹੋਈ ਸੀ ਉਹਦੇ ਮਾਤਾ ਜੀ ਅਤੇ ਉਹਨਾਂ ਦੀ ਇੱਕ ਗੁੜੀਆ ਜੋ ਕਿ ਅਨਮੈਰਿਡ ਹੈ, ਉਹ ਦੋ ਹੀ ਮਾਵਾਂ ਤੀਆਂ ਪਰਿਵਾਰ ਦੇ ਵਿੱਚ ਰਹਿ ਗਈਆਂ। ਲੇਕਿਨ ਇਹ ਪਤਾ ਲੱਗਾ ਵੀ ਜਿਹੜੀ ਗੁੜੀਆ ਉਹ ਟੀਚਿੰਗ ਜੋਬ ਦੇ ਵਿੱਚ ਹੈ ਅਤੇ ਟੀਚਿੰਗ ਜੋਬ ਚੋਣ ਕਰਕੇ, ਪਰ ਇਹ ਹੈ ਵੀ ਪਰਿਵਾਰ ਦਾ ਬਿਲਕੁਲ ਹੀ ਅਪਸੈਟ ਹੋ ਗਿਆ। ਲੋਕਾਂ ਨੂੰ ਇਹੋ ਦੇਣਾ ਚਾਹਾਂਗੇ ਵੀ ਇਹ ਜਦੋਂ ਹੁਣ ਪੂਜਾ ਦਾ ਕੰਮ ਚੱਲ ਰਿਹਾ ਅਤੇ ਪਠਾਨਕੋਟ ਦੇ ਵਿੱਚ ਕਾਫੀ
ਨਹਿਰਾਂ ਵਗੈਰਾ ਲੰਘਦੀਆਂ, ਸਾਰਿਆਂ ਨੂੰ ਬੇਨਤੀ ਹੈ ਵੀ ਕਿਤੇ ਸੜਕ 'ਤੇ, ਪੁੱਲ 'ਤੇ ਜਾਂ ਪੌੜੀਆਂ ਤੋਂ ਪਿੱਛੇ ਜਿੱਥੇ ਸੰਗਲ ਵਗੈਰਾ ਲੱਗਾ ਉੱਥੋਂ ਫੁੱਲਾਂ ਦਾ ਅਤੇ ਪੂਜਾ ਦਾ ਸਮਾਨ ਜਲ ਪ੍ਰਵਾਹ ਕਰਨ, ਅਤੇ ਪਾਣੀ ਦੇ ਨੇੜੇ ਨਾ ਆਉਣ। ਵੇਖ ਲਓ ਕਿੱਡੀ ਵੱਡੀ ਟ੍ਰੈਜਡੀ ਹੈ, ਪਾਣੀ ਤੋਂ ਦੂਰ ਹੋ ਕੇ ਇਹ ਫੁੱਲ ਪ੍ਰਵਾਹ ਕੀਤੇ ਜਾਂਦੇ।